ਅਸਲਾਮ ਅਲੈਕੁਮ ਸਤ ਸ੍ਰੀ ਅਕਾਲ ਪ੍ਰਣਾਮ ਦੋਸਤੋ ਇੱਕ ਪਿੰਡ ਪੰਜਾਬ ਦਾ ਚੈਨਲ ਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਪਾਕਿਸਤਾਨ ਚ ਆਏ ਹੋਏ ਫਲੱਡ ਨੇ ਪਾਕਿਸਤਾਨ ਚ ਕਿੰਨੀ ਤਬਾਹੀ ਕੀਤੀ ਆ ਕਿੰਨੇ ਲੋਕ ਮਰੇ ਆ ਕਿੰਨੇ ਜਾਨਵਰ ਮਰੇ ਆ ਕਿੰਨੇ ਘਰ ਤਬਾਹ ਹੋਏ ਆ ਕਿੰਨੇ ਮਰੀਜ਼ਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਕਿੰਨੀਆਂ ਔਰਤਾਂ ਹਾਮਲਾ ਆ ਇਹ ਸਾਰਾ ਆਪਾਂ ਤੁਹਾਨੂੰ ਦੱਸਣਾ ਇਸ ਦੇ ਨਾਲ ਨਾਲ ਅਸੀਂ ਆਪਣਾ ਤੁਹਾਨੂੰ ਦੱਸਾਂਗੇ ਕਿ ਅਸੀਂ ਐਸੇ ਹਾਲਾਤ ਤੇ ਇੱਕ ਆਪਣਾ ਜ਼ਾਲਮ ਸਰਕਾਰਾਂ ਜਿਹੜੀਆਂ ਸਾਡੀਆਂ ਗੰਦੀਆਂ ਕਹਿ ਲੋ ਪੀ ਡਰਟੀ ਪੋਲਿਟਿਕਸ ਉਹਨਾਂ ਤੇ ਇੱਕ ਸੀ ਆਪਣਾ ਕੋਸ਼ਿਸ਼ ਛੋਟੀ ਜੀ ਕੀਤੀ ਹੈ ਇੱਕ ਗਾਣਾ ਬਣਾਇਆ ਸੀ ਇੱਕ ਦੋ ਦਿਨੋਂ ਤੱਕ ਇਨਸ਼ਾਅੱਲਾ ਰਿਲੀਜ਼ ਕਰਾਂਗੇ ਉਹ ਵੀ ਤੁਸੀਂ ਸਾਡੇ ਚੈਨਲ ਤੇ ਜ਼ਰੂਰ ਦੇਖਿਓ ਸਾਨੂੰ ਆਪਣੀ ਰਾਏ ਦਿਓ ਕਿ ਜੋ ਹੋ ਰਿਹਾ ਆ ਇਹ ਸਾਡੇ ਇਹ ਲੋਕ ਜਿਹੜੇ ਸਾਡੇ ਨਾਲ ਕੀ ਕਰਦੇ ਆ ਅਸੀਂ ਫਿਰ ਕਿਉਂ ਬਾਰ-ਬਾਰ ਇਹਨਾਂ ਤੇ ਵਿਸ਼ਦੇ ਆ ਕਿਉਂ ਬਾਰ-ਬਾਰ ਇਹਨਾਂ ਦੀਆਂ ਜਿਹੜੀਆਂ ਇਹ ਸਾਨੂੰ ਸਬਜ਼ ਬਾਗ ਦਿਖਾਉਂਦੇ ਅਸੀਂ ਇਹਨਾਂ ਦੇ ਪਿੱਛੇ ਲੱਗ ਕੇ ਦੇਖੋ ਕਿੱਥੋਂ 1947 ਤੋਂ ਲੈ ਕੇ ਅੱਜ ਤੱਕ ਪਾਕਿਸਤਾਨ ਦੇ ਵਿੱਚ ਸਵਾਈ ਲਾਰੇ ਲੱਪਿਆਂ ਤੋਂ ਇਹਨਾਂ ਲੋਕਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅੱਛਾ ਜੇ ਅਸੀਂ ਆਪਣੇ ਆਪ ਲਈ ਆਪ ਵੀ ਕੁਛ ਨਾ ਕਰ ਸਕੇ ਤਾਂ ਸਾਡੇ ਲਈ ਕਿਸੇ ਨੇ ਕੁਝ ਨਹੀਂ ਕਰਨਾ ਕਿਉਂਕਿ ਉਹ ਸਾਨੂੰ ਪਾ ਗਏ ਉਹਨਾਂ ਨੂੰ ਪਤਾ ਵੀ ਇਹ ਸੋਲੰਗ ਨਾਲੀ ਦੇ ਬੋਰਡ ਦੇ ਨਾਲੀ ਕੌਮ ਆ ਇਹਨਾਂ ਨੂੰ ਹਸਪਤਾਲ ਦੇਣ ਦੀ ਲੋੜ ਨਹੀਂ ਇਹਨਾਂ ਨੂੰ ਸਕੂਲ ਦੇਣ ਦੀ ਲੋੜ ਨਹੀਂ ਇਹਨਾਂ ਨੂੰ ਕੋਈ ਹੋਰ ਅਦਾਰਾ ਦੇਣ ਦੀ ਲੋੜ ਨਹੀਂ ਕਿਉਂਕਿ ਇਹਨਾਂ ਦੀ ਡਿਮਾਂਡਾਂ ਬਹੁਤ ਛੋਟੀਆਂ ਆ ਜਿਹੜਾ ਬੰਦਾ 3-3000 ਰੁਪਏ ਦੇ ਵੋਟ ਲੈ ਕੇ ਆਪਣਾ ਮਤਲਬ ਜ਼ਮੀਰ ਵੇਚਦਾ ਆ ਕਾਨੂੰ ਖੁਸ਼ਹਾਲੀ ਲਈ ਤਰੱਕੀ ਲਈ ਤਵਕਾ ਰੱਖੇ ਨਾ ਲੋਕਾਂ ਤੋਂ ਤਾਂ ਮੇਰਾ ਖਿਆਲ ਆ ਪਈ ਇਹ ਬੇਵਕੂਫੀ ਵਾਲੀ ਗੱਲ ਹੀ ਹੋ ਸਕਦੀ ਆ ਕਿਉਂਕਿ ਇਹ ਲੋਕ ਜਿਹੜੇ ਆ ਇਹ ਸਾਨੂੰ ਪਾ ਗਏ ਉਹਨਾਂ ਨੂੰ ਪਤਾ ਵੀ ਇਹ ਲੋਕ ਬੜੇ ਭਲਕੜਾ ਇਹਨਾਂ ਦੇ ਹਾਫੇ ਤੋਂ ਬੜੇ ਕਮਜ਼ੋਰ ਬੜੀ ਛੇਤੀ ਭੁੱਲ ਜਾਂਦੇ ਹੁਣ ਸਲਾਬ ਦੇ ਵਿੱਚ ਕਿੰਨੀਆਂ ਸਾਡੀਆਂ ਜਾਨਾਂ ਦਾ ਨੁਕਸਾਨ ਹੋਇਆ ਕਿੰਨੇ ਲੋਕ ਮਰੇ ਘਰ ਤਬਾਹ ਹੋ ਗਏ ਪਰ ਕੋਈ ਹਕੂਮਤੀ ਜਿਹੜੇ ਜਿਹੜੇ ਇਹਨਾਂ ਨੂੰ ਤਕਰੀਰਾਂ ਕਰਨ ਤੋਂ ਵੇਲ ਨਹੀਂ ਇਹਨਾਂ ਨੂੰ ਜਲਸੇ ਜਲੂਸ ਕਰਨ ਤੋਂ ਵੇਲ ਨਹੀਂ ਹੈਗਾ ਖੁਦਾ ਦਾ ਵਾਸਤਾ ਇਹਨਾਂ ਲੋਕਾਂ ਨੂੰ ਕਿ ਕਦੇ ਕੌਮ ਦੇ ਬਾਰੇ ਵੀ ਥੋੜਿਆ ਸੋਚ ਰਹਿ। ਇਹ ਵੀ ਇਸ ਮੁਲਕ ਦੇ ਵਸਿੰਦੇ ਇਹਨਾਂ ਨੂੰ ਵੀ ਅਸੀਂ ਕੋਈ ਸਹੂਲਤ ਦੇਣੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਸਾਡੇ ਉਸ ਗਾਣੇ ਵਿੱਚ ਤੁਸੀਂ ਦੇਖੋਗੇ ਲੰਦੇ ਚੜਦੇ ਪੰਜਾਬ ਨੂੰ ਵੀ ਡਿਸਕਸ ਕੀਤਾ ਗਿਆ ਆ। SLAAB ਨੂੰ ਵੀ ਕੀਤਾ ਗਿਆ ਔਰ ਇਹ ਜਿਹੜੀਆਂ ਸਾਡੀਆਂ ਜ਼ਾਲਮ ਸਰਕਾਰਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਯਾਨੀ ਕੇਲਪੇਟਿਆ ਗਿਆ। ਜਿਹੜੇ ਲੋਕ ਡੋਨੇਸ਼ਨ ਦੇਣਾ ਚਾਹੁੰਦੇ ਆ ਉਹਨਾਂ ਨੂੰ ਸਹੀ ਫਾਰਮੈਟ ਦੱਸਣ ਦੀ ਕੋਸ਼ਿਸ਼ ਕਰੀਦੀ ਆ ਤਾਂ ਕਿ ਉਹਨਾਂ ਦਾ ਹੱਕ ਹਲਾਲ ਦਾ ਪੈਸਾ ਜਿਹੜਾ ਸਹੀ ਲੋਕਾਂ ਤੱਕ ਹੱਕਦਾਰ ਲੋਕਾਂ ਤੱਕ ਪਹੁੰਚ ਸਕੇ। ਪਰ ਉਹਦੀ بار بار ਇਹੀ ਗੱਲ ਦਸੀਦੀ ਹੈ ਕਿ ਇੱਕ ਫਾਰਮੈਟ ਆ ਇੱਕ ਤਰੀਕਾ ਘਾਰ ਆ ਜਿਹਨੂੰ ਮੁਨੱਜਮ ਤਨਜ਼ੀਮਾਂ ਤੋਂ ਇਲਾਵਾ ਕੋਈ ਵੀ ਨਹੀਂ ਮੈਨੇਜ ਕਰ ਸਕਦਾ ਇਸ ਦੀ وجہ ਕਿ ਇੱਥੇ ਵੀ ਕਾਊ ਕਾ ਪੰਦੇ ਹੈਗੇ ਤੇ ਅੱਗੇ ਵੀ ਲੁੱਟ ਮਾਰ ਕਰਨ ਵਾਲੇ ਬੰਦੇ ਹੈਗੇ ਆ ਇਸ ਕਰਕੇ ਥੋੜਾ ਜਿਹਾ ਆਪਣੀ ਜਿਹੜੀ ਜੋ ਤੁਸੀਂ ਡੋਨੇਸ਼ਨ ਕਰਦੇ ਆ ਜੋ ਤੁਸੀਂ ਹੈਲਪ ਕਰਦੇ ਆ ਆਪਣੇ ਅਸਲਾਬਜ਼ਦ ਗਾਂਧੀ ਤੇ ਥੋੜਾ ਜਿਹਾ ਇਸ ਚੀਜ਼ ਦਾ ਖਿਆਲ ਰੱਖਣਾ ਸਾਡਾ ਹੱਕ ਬਣਦਾ ਕਿ ਅਸੀਂ ਜਿਹਨਾਂ ਬੰਦਿਆਂ ਤੇ ਵੇਚਦੇ ਆ ਕਿ ਆਇਆ ਉਹ ਬੰਦੇ ਠੀਕ ਆ ਜਾਂ ਉਹ ਬੰਦੇ ਜਿਹੜੇ ਅੱਗੇ ਆਪਣਾ ਸਮਾਨ ਸਾਰਾ ਜਿਹੜਾ ਉਹ ਲੈ ਕੇ ਜਾ ਰਹੇ ਆ ਜੋ ਵੀ ਅਸੀਂ ਆਪਣਾ ਨਕਦੀ ਦੀ ਸ਼ਕਲ ਚ ਦਿੰਨੇ ਆ ਜਾਂ ਵੈਸੇ ਕਪੜਾ ਲੱਥਾ ਜੋ ਵੀ ਗਜ਼ਾ ਇਹ ਚੀਜ਼ਾਂ ਜਿਹੜੀਆਂ ਅੱਗੇ ਤੱਕ ਪਹੁੰਚ ਵੀ ਰਹੀਆਂ ਕਿਉਂਕਿ ਸਾਡੇ ਜਿਹੜੀ ਸੁਣਨ ਚ ਗੱਲ ਆਈ ਆ ਕਿ ਅੱਗੇ ਇਹੋ ਇੱਕ ਐਸਾ ਗਰੁੱਪ ਆ ਜਿਹੜਾ ਬਾਰੋ-ਬਾਰ ਤੁਹਾਨੂੰ ਘੇਰ ਕੇ ਅੱਗੇ ਜਾਣ ਦਿੰਦਾ ਹੀ ਨਹੀਂ ਹੈਗਾ ਉਹਦੀਆਂ ਵੀਡੀਓ ਵੀ ਤੁਸੀਂ ਵਾਇਰਲ ਹੋਈਆਂ ਦੇਖੀਆਂ ਹੋਣੀਆਂ ਇਸ ਕਰਕੇ ਜਿਹੜੀਆਂ ਮੁਨਜ਼ਮ ਤਨਜ਼ੀਮਾਂ ਉਹਨਾਂ ਦਾ ਸਹਾਰਾ ਲੈ ਕੇ ਜਿਹੜਾ ਸਮਾਨ ਹਨ ਉਹ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਪਾਕਿਸਤਾਨ ਦੇ ਵਿੱਚ ਫਲੱਡ ਜਿਹੜਾ ਉਹਨੇ ਬਹੁਤ ਤਬਾਹੀ ਮਚਾਈ ਹੈ ਇਸ ਦੇ ਨਾਲ ਨਾਲ ਚੰਗੇ ਲੋਕ ਵੀ ਬਹੁਤ ਸਾਹਮਣੇ ਆਏ ਆ ਖਾਸ ਕਰ ਸਾਡੇ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਵਾਲੇ ਤਾਂ ਚਲੋ ਇਹ ਤਾਂ ਹੈ ਹੀ ਆ ਇਹਨਾਂ ਦੇ ਤਾਂ ਮੁਸੀਬਤ ਪਈ ਆ ਅਸੀਂ ਇੱਥੇ ਰਹਿਣ ਵਾਲਿਆਂ ਨੇ ਕਰਨਾ ਹੀ ਕਰਨਾ ਲੇਕਿਨ ਉਦੋਂ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡਾ ਗਵਾਂਢੀ ਟਾਡਾ ਪੰਜਾਬੀ ਭਰਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਦਵੇ ਔਰ ਇਸ ਚੀਜ਼ ਨੂੰ ਇਹ ਸਮਝੀਏ ਕਿ ਦੁੱਖ ਸਾਡਾ ਆ ਹੈਗਾ ਵੀ ਇਦਾਂ ਹੀ ਆ ਕਿਉਂਕਿ ਆਪਾਂ ਕੋਈ ਵਕਤ ਥੋੜੋ ਆ ਪੰਜਾਬੀ ਆ ਨਾ ਸਾਰੇ ਇਸ ਕਰਕੇ ਇਹ ਤਾਰੀਖ ਦੇ ਵਿੱਚ ਪਹਿਲੀ ਵਾਰੀ ਇਦਾਂ ਇੰਨੀ ਜੱਕ ਜਿਹੀਤੀ ਇੰਨੀ ਮੁਹੱਬਤ ਔਰ ਇੰਨਾ ਪਿਆਰ ਦੇਖਣ ਨੂੰ ਮਿਲਿਆ ਮੌਤ ਦੇ ਫਰਿਸ਼ਤੇ ਆਲੇ ਦੁਆਲੇ ਘੁੰਮ ਰਹੇ ਆ ਜਿਹੜੇ ਬਿਚਾਰੇ ਉੱਥੇ ਸਲਾਬ ਦੀ ਜਦ ਵਿੱਚ ਆਏ ਹੋਏ ਆ ਕਮੋਂ ਬੇ 16 ਲੱਖ ਘਰ ਜਿਹੜਾ ਉਹ ਤਬਾਹ ਹੋ ਚੁੱਕਿਆ ਆ ਪੂਰੇ ਪਾਕਿਸਤਾਨ ਚ ਤਕਰੀਬਨ ਇੱਕ 1/3 ਹਿੱਸੇ ਵਿੱਚ ਸਲਾਬ ਆਇਆ ਹੈ। ਤਕਰੀਬਨ 8 ਲੱਖ ਮਾਲ ਡੰਗਰ ਜਿਹੜਾ ਜੀ ਉਹ ਫਲੱਡ ਦੀ ਪਿੰਡ ਚੜ ਗਿਆ ਆ। ਉਹਦਾ ਪਤਾ ਹੀ ਨਹੀਂ ਲੱਗਾ ਹੈਗਾ। ਉਹ ਵੀ ਇੱਕ ਸਰਮਾਇਆ ਸੀ ਗਰੀਬ ਆਦਮੀ ਦਾ ਕਹਿੰਦੇ ਆ ਨਾ ਵੀ ਮਾਲ ਡੰਗਰ ਜਿਹੜਾ ਇਹ ਪਰ ਹੁੰਦੇ ਗਰੀਬ ਦੇ ਤੇ ਇਹਨਾਂ ਦੇ ਸਿਰ ਤੇ ਗਰੀਬ ਜਿਹੜਾ ਉੜਿਆ ਫਿਰਦਾ ਹੁੰਦਾ। ਆਪਣੇ ਆਪਣੇ ਘਰਾਂ ਤੋਂ ਬਾਹਰ ਆ ਕੇ ਟੈਂਟਾਂ ਵਿੱਚ ਰਹਿਣ ਤੇ ਮਜਬੂਰ ਹੋਇਆ। ਇੱਕ ਇੱਕ ਟੈਂਟ ਵਿੱਚ 8-8 10-10 ਬੰਦੇ ਜਿਹੜੇ ਉਹ ਰਹਿ ਰਹੇ ਆ। ਬਹੁਤ ਮਜਬੂਰੀ ਖੁੱਲੇ ਅਸਮਾਨ ਦੇ ਥੱਲੇ ਰਹਿ ਰਹੇ ਆ ਕਿਉਂ ਅੱਗੋਂ ਹੁਣ ਮੌਸਮ ਵੀ ਬਦਲ ਰਿਹਾ ਮੱਛਰ ਬਹੁਤ ਜ਼ਿਆਦਾ ਉੱਤੇ ਹੋ ਗਿਆ ਆ ਰਾਤ ਠੰਡੀਆਂ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਅੱਗੇ ਆਉਣ ਵਾਲੇ ਦਿਨਾਂ ਵਿੱਚ ਸਰਦੀ ਵੀ ਹੋਰ ਜ਼ਿਆਦਾ ਹੋ ਜਾਣੀ ਆ ਇਸ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਵੀ ਵੱਧ ਰਹੀਆਂ ਟੈਂਟਾਂ ਦੀ ਵੀ ਜ਼ਰੂਰਤ ਆ 47 ਵੇਲੇ ਆਪਾਂ ਰਾਜਨੀਤੀ ਦਾ ਸ਼ਿਕਾਰ ਹੋਏ ਸੀ ਉਹਦੀ ਮਾਰ ਪਈ ਸੀ ਇਸ ਵੇਲੇ ਸਾਨੂੰ ਕੁਦਰਤੀ ਮਾਰ ਪੈ ਗਈ ਆ ਯਾਨੀ ਕਿ ਗਰੀਬ ਦੇ ਉੱਪਰ ਮਾਰ ਤਾਂ ਪੈਂਦੀ ਆ ਚਾਹੇ ਕਿਸੇ ਵੀ ਸੂਰਤ ਪੈ ਜਾਵੇ ਹਜ਼ਾਰਾਂ ਦੀ ਗਿਣਤੀ ਵਿੱਚ ਬੰਦੇ ਆਪਣੀ ਜਾਨ ਗਵਾ ਚੁੱਕੇ ਆ ਤੇ 12800 ਔਰਤਾਂ ਜਿਹੜੀਆਂ ਹਨ ਜੀ ਹਾਮਲਾ ਹੈ ਜਿਨ੍ਹਾਂ ਵਿੱਚ 4000 ਦੀ ਡਿਲੀਵਰੀ ਬਿਲਕੁਲ ਨੇੜੇ ਆ ਰਿਪੋਰਟ ਦੇ ਮੁਤਾਬਕ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਆ ਕਿਉਂਕਿ ਉੱਥੇ ਮੱਛਰ ਦੀ ਗੱਲ ਕੀਤੀ ਸੀ ਇਸ ਤੋਂ ਇਸ ਦੇ ਨਾਲ ਵੀ ਬਿਮਾਰੀਆਂ ਫਿਰ ਕਿਉਂਕਿ ਪਾਣੀ ਜਿਹੜਾ ਹੁਣ ਖੜਾ ਹੋਣ ਨਾਲ ਤੁਹਾਨੂੰ ਪਤਾ ਬਦਬੂਦਾਰ ਹੋ ਜਾਂਦਾ ਉਹਦੇ ਵਿੱਚ ਲਾਸ਼ਾਂ ਵੀ ਨਿਕਲਣ ਗਈਆਂ ਉਹਦੇ ਵਿੱਚ ਮਾਲ ਡੰਗਰਾਂ ਦੀ ਬਾਕੀ ਆਤ ਵੀ ਹੋਣੀ ਆ ਉਹ ਵੀ ਜਿੱਦਾਂ ਜਿੱਦਾਂ ਪਾਣੀ ਥੱਲੇ ਜਾਣਾ ਚੀਜ਼ਾਂ ਸਾਹਮਣੇ ਆਣੀਆਂ ਤਕਰੀਬਨ 6000 ਕਿਲੋਮੀਟਰ ਦਾ ਜਿਹੜਾ ਸੜਕਾਂ ਦਾ ਇੱਕ ਫਾਸਲਾ ਸੀਗਾ ਜੀ ਉਹ ਸੜਕਾਂ ਟੁੱਟ ਚੁੱਕੀਆਂ ਪੁਲ ਟੁੱਟ ਚੁੱਕੇ ਆ ਪਹਿਲੇ ਹੀ ਤੰਗੀ ਵਿੱਚ ਰਹਿਣ ਵਾਲੇ ਲੋਕ ਹੋਰ ਮੁਸੀਬਤ ਵਿੱਚ ਆ ਗਏ ਆ ਤਕਰੀਬਨ 10 ਬਿਲੀਅਨ ਡਾਲਰ ਇਹ ਐਸਟੀਮੇਟਡ ਖਰਚਾ ਆ ਜੀ ਅਸਲ ਵਿੱਚ ਕਿੰਨਾ ਵਧ ਜਾਣਾ ਹੈ ਇਹ ਸੋਚ ਕੇ ਜਿਹੜੀ ਰਾਤ ਦੀ ਜਿਹੜੀ ਨੀਂਦਰ ਉਹ ਵੀ ਉੱਡ ਜਾਂਦੀ ਆ ਮੌਸਮ ਵਾਲੇ ਦੱਸਦੇ ਆ ਕਿ ਹੋਰ ਬਾਰਸ਼ਾਂ ਵੀ ਹੋ ਸਕਦੀਆਂ ਆ ਅੱਲਾਹ ਪਾਕ ਬਚਾਵੇ ਮਜਬੂਰ ਲੋਕਾਂ ਦੀ ਜਿਹੜੀ ਮਜਬੂਰੀ ਤੋਂ ਫਾਇਦਾ ਚੁੱਕਣ ਵਾਲੇ ਲੋਕ ਵੀ ਸਰਗਰਮ ਹੋ ਗਏ ਆ ਵੀ ਮੈਦਾਨ ਦੇ ਵਿੱਚ ਆ ਗਏ ਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ ਚਾਹੇ 47 ਦਾ ਵਾਕਿਆ ਸੀ ਚਾਹੇ ਇਹ ਹਸਲਾਬ ਦਾ ਜਾਂ ਜ਼ਲਜ਼ਲੇ ਦਾ ਕੋਈ ਟਾਈਮ ਆ ਜਾਂਦਾ ਜਾਂ ਕਿਤੇ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਇਹਨਾਂ ਲੋਕਾਂ ਦਾ ਇਨਸਾਨੀਅਤ ਨਾਲ ਕੋਈ ਤੱਲਕ ਨਹੀਂ ਹੈਗਾ ਇਹ ਕੋਈ ਮذਬਬ ਦੇ ਵਿੱਚ ਕਿਸੇ ਦੇ ਵਿੱਚ ਵੀ ਹੋਣਗੇ ਇਹਨਾਂ ਦਾ ਇਨਸਾਨੀਅਤ ਨਾਲ ਕੋਈ ਤੱਲਕ ਨਹੀਂ ਹੈਗਾ ਇਨਸਾਨ ਬਣਨੇ ਸਭ ਤੋਂ ਔਖਾ ਆ ਇਹ ਇਨਸਾਨ ਜਿਹੜਾ ਬੰਦਾ ਜਿਹੜਾ ਬਣ ਜਵੇ ਨਾ ਉਹ ਸਾਰਾ ਕੁਝ ਹੀ ਉਹਦਾ ਠੀਕ ਹੋ ਜਾਂਦਾ ਆ ਮਸੀਬਤ ਵਿੱਚ ਮੌਕਾ ਲੱਭਣਾ ਇਹੀ ਕੁਝ ਹੁੰਦਾ ਆਇਆ ਤੇ ਇਹੀ ਕੁਝ ਅੱਗੇ ਹੋਣਾ ਆ ਇਨਸਾਨੀ ਸ਼ਕਲਾਂ ਵਿੱਚ ਹਵਾਨ ਜਿਹੜੇ ਉਹ ਸਾਹਮਣੇ ਆਂਦੇ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਜੀ ਇੱਕ ਡਾਕਟਰ ਸੀਗਾ ਉਹ ਆਪਣਾ ਮੱਚਾ ਦਾ ਨਾ ਉਹ ਕੰਮ ਕਰ ਰਿਹਾ ਸੀ ਤੇ ਬੱਚਾ ਉਹਦਾ ਉਹਨੂੰ ਬਾਰ-ਬਾਰ ਤੰਗ ਕਰ ਰਿਹਾ ਸੀ ਇਰੀਟੇਟ ਕਰ ਰਿਹਾ ਸੀਗਾ ਉਹਨੇ ਇੱਕ ਕਾਗਜ਼ ਦਾ ਟੁਕੜਾ ਫੜਿਆ ਕਾਗਜ਼ ਦਾ ਟੁਕੜਾ ਫੜ ਕੇ ਉਹਨੂੰ ਬੱਚੇ ਰੋਣੇ ਉਹਨਾਂ ਟੁਕੜੇ-ਟੁਕੜੇ ਕਰਕੇ ਉਹਨੂੰ ਦਿੱਤੇ ਤੇ ਕਹਿੰਦਾ ਇਹਨੂੰ ਜੋੜ ਹੁਣ ਉਹਨੇ ਕਿਹਾ ਸੀ ਵੀ ਚਲੋ ਇਹਦੇ ਕੋਈ 2-3 ਘੰਟੇ ਯਾਰੇ ਲੱਗਾ ਰਹੂਗਾ ਮੇਰੀ ਜਾਨ ਛੁੱਟੀ ਨੂੰ ਮੈਂ ਆਪਣਾ ਕੰਮ ਕਰਦਾ ਰਹੂਗਾ ਕਿਉਂਕਿ ਇੰਨਾ ਇਹਦੇ ਮੈਂ ਟੁਕੜੇ ਕਰਤੇ ਇਹਨੂੰ ਜੋੜਨ ਨੂੰ ਟਾਈਮ ਲੱਗਣਾ ਆ ਐਡਾ ਕਿੱਥੇ ਇਹਨੂੰ ਪਤਾ ਲੱਗਣਾ ਬੱਚਾ ਜਿਹੜਾ ਸੀ ਉਹ ਵੀ ਨਵੀਂ نسل ਦਾ ਸੀ ਉਹ ਵੀ ਸ਼ਾਰਪ ਸੀ ਤੇਜ਼ ਸੀ ਉਹਨੇ ਕੀ ਕੀਤਾ ਥੋੜੀ ਦੇਰ ਬਾਅਦ ਹੀ ਆਪਣਾ ਡਾਕਟਰ ਸਾਹਿਬ ਨੂੰ ਨਾ ਉਹ ਕਾਗਜ਼ ਜਿਹੜਾ ਨਾ ਐ ਪੂਰਾ ਉਹਨੂੰ ਨਾ ਜਿੱਦਾਂ ਜਿੱਦਾਂ ਪਾਟਾ ਸੀ ਉਹਦਾ ਟੁਕੜੇ ਜੋੜ ਕੇ ਉਹਨੂੰ ਦੇ ਦਿੱਤੇ ਡਾਕਟਰ ਸਾਹਿਬ ਬੜੇ ਹੈਰਾਨ ਹੋਏ ਕਿ ਯਾਰ ਇਹ ਬੱਚੇ ਨੇ ਇੰਨੀ ਛੇਤੀ ਕਿਸ ਤਰ੍ਹਾਂ ਜੋੜ ਲਿਆ ਹਾਲਾਂਕਿ ਇਹਦਾ ਕੋਈ ਆਪਣਾ ਇਹ ਨਹੀਂ ਸੀ ਤੇ ਜੋੜ ਨਹੀਂ ਸਕਦਾ ਉਹਨੇ ਪੁੱਛਿਆ ਵੀ ਇਹ ਪੁੱਤ ਕਿਸ ਤਰ੍ਹਾਂ ਤੂੰ ਜੋੜ ਲਿਆ ਆ ਇਹ ਤਾਂ ਕਾਫੀ ਟਾਈਮ ਲੱਗਣ ਵਾਲਾ ਕੰਮ ਸੀ ਬਲਕਿ ਇੰਪੋਸੀਬਲ ਸੀ ਸੰਭ 可能 ਨਹੀਂ ਸੀ ਤੂੰ ਕਿਸ ਤਰ੍ਹਾਂ ਜੋੜ ਲਿਆ ਨੇ ਕਿਹਾ ਜੀ ਇਹ ਕਾਗਜ਼ ਹੈ ਇੱਕ ਤਸਵੀਰ ਦੇ ਪਿੱਛੇ ਲੱਗਾ ਸੀ ਮੈਂ ਥੱਲੇ ਤਸਵੀਰ ਰੱਖ ਲਈ ਉੱਪਰ ਉਸੇ ਤਰ੍ਹਾਂ ਕਾਗਜ਼ ਦੇ ਟੁਕੜਿਆਂ ਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਆਏ ਫਿੱਟ ਹੋਏ ਨਾ ਮੈਂ ਆਪਣਾ ਉਹ ਕਾਗਜ਼ ਦਾ ਜਿਹੜਾ ਆਪਣਾ ਜੋੜਤਾ ਔਰ ਤਸਵੀਰ ਦੇ ਮੁਤਾਬਕ ਉਹਦੇ ਮੈਂ ਆਪਣਾ ਜਾਨੀ ਕਾਗਜ਼ਾਂ ਦੀ ਤਰਤੀਬ ਲਾ ਦਿੱਤੀ ਤੇ ਉਹਨੇ ਫਿਰ ਕਿਹਾ ਕਿ ਅਗਰ ਮੈਂ ਸੋਚਿਆ ਵੀ ਅਗਰ ਆਦਮੀ ਠੀਕ ਬਣ ਗਿਆ ਤੇ ਸੰਸਾਰ ਵੀ ਠੀਕ ਹੋ ਜਾਣਾ ਹੈ। ਯਾਨੀ ਇਹ ਇੱਕ ਬਹੁਤ ਬੜੀ ਇੱਕ ਸਿੱਖਿਆ ਮਿਲਦੀ ਹੈ ਕਿ ਜਦੋਂ ਤੁਸੀਂ ਠੀਕ ਹੋ ਜਾਣਾ ਨਾ ਤੇ ਪੂਰਾ ਸੰਸਾਰ ਵੀ ਜਿਹੜਾ ਉਹ ਠੀਕ ਹੋ ਜਾਣਾ। ਅਸੀਂ ਤਾਂ ਦੂਜੇ ਨੂੰ ਠੀਕ ਕਰਨ ਤੇ ਹੋਏ ਆ ਆਪਣੇ ਆਪ ਦਾ ਤਾਂ ਅਸੀਂ ਮੁਹਾਸਬਾ ਹੀ ਨਹੀਂ ਕਰਦੇ ਕਿ ਅਸੀਂ ਕਿਹ ਸਟੇਜ ਤੇ ਖੜੇ ਆ। ਸਾਡਾ ਆਪਣਾ ਕਰੈਕਟਰ ਕੀ ਆ? ਅਸੀਂ ਭਲਾਈ ਦੇ ਕੰਮਾਂ 'ਚ ਕਿੰਨੇ ਆਂਦੇ ਆਂ? ਜਾਂ ਸਾਡੇ ਹੱਥੋਂ ਕਿਸੇ ਦਾ ਬੁਰਾ ਕਿੰਨਾ ਹੁੰਦਾ ਹੈ? ਰਾਤ ਨੂੰ ਕਦੇ ਸੌਣ ਲੱਗਿਆਂ ਸੋਚਿਆ ਆਪਾਂ? ਕਦੇ ਵੀ ਨਹੀਂ ਸੋਚਿਆ ਹੈਗਾ। ਸੋਚਣਾ ਚਾਹੀਦਾ ਵੈਸੇ ਰਾਤ ਨੂੰ ਸੌਣ ਲੱਗਿਆਂ ਸੋਚਣਾ ਚਾਹੀਦਾ ਕਿ ਅਸੀਂ ਅੱਜ ਕਿੰਨੇ ਕੰਮ ਮਾੜੇ ਕੀਤੇ ਆ ਕਿੰਨੇ ਚੰਗੇ ਕੀਤੇ ਆ ਚੰਗਿਆਂ ਦੇ ਵੀ ਆਪਣੇ ਰਿਜ਼ਲਟ ਸਾਹਮਣੇ ਰੱਖੋ ਵੀ ਤੁਹਾਨੂੰ ਕਿੰਨੀ ਖੁਸ਼ੀ ਮਿਲੀ ਚੰਗਾ ਕਰਕੇ ਮਾੜਾ ਕਰਕੇ ਤੁਹਾਡੇ ਅੰਦਰ ਕਿੰਨੀ ਮਿਲਾਮਤ ਹੋਈ ਇਹ ਵੀ ਥੋੜਾ ਜਿਹਾ ਬੰਦੇ ਨੂੰ ਆਪਣਾ ਮਹਾਸਬਾ ਕਰਨਾ ਚਾਹੀਦਾ 1/3 ਹਿੱਸਾ ਜਿਹੜਾ ਹੈ ਤਕਰੀਬਨ ਯੂਕੇ ਦੇ ਬਰਾਬਰ ਉਹ ਇਹ ਬਣਦਾ ਹੈ ਜੀ ਜਿਹੜਾ ਸਾਡਾ ਫਲੱਡ ਦੀਆਂ ਮੁਸੀਬਤਾਂ ਜਿਹੜਾ ਭੋਗਣ ਡਿਆ ਆ अच्छा एक गल ਹੋਰ ਵੀ ਹੈ ਜੀ ਕਿ ਯੂਰਪ ਦੇ ਬਹੁਤ ਸਾਰੇ ਸ਼ਹਿਰ ਜਿਹੜੇ ਹੈਗੇ ਉਹ ਬਿਲਕੁਲ ਸਮੁੰਦਰ ਦੇ ਲੈਵਲ ਤੋਂ ਵੀ ਥੱਲੇ ਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ گزار ਰਹੇ ਬੰਦਾ ਸੋਚਦਾ ਵੀ ਪਾਣੀ ਉੱਪਰ ਆ ਸੀ ਥੱਲੇ ਆ ਤੇ ਕਿਸ ਤਰ੍ਹਾਂ ਮੈਨੇਜਮੈਂਟ ਹੁੰਦੀ ਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੰਨਤ ਬਣਾਇਆ ਹੋਇਆ ਉੱਥੇ ਹਰ ਉਹ ਚੀਜ਼ ਜਿਹੜੀ ਅਸੀਂ ਸੁਣਦੇ ਆ ਕਿ ਸਾਨੂੰ ਜੰਨਤ ਚ ਮਿਲਣੀ ਆ ਉਹ ਉਹਨਾਂ ਨੇ ਦੁਨੀਆ ਤੇ ਇੱਕ ਕਿਸਮ ਦੀ ਕ੍ਰੀਏਟ ਕੀਤੀ ਹੋਈ ਆ ਨਕਸ਼ੇ ਬਣਾਏ ਹੋਏ ਆ ਠੀਕ ਆ ਜੀ ਅ ਅਸੀਂ ਜਿਹੜੇ ਆ ਅਸੀਂ ਕਦੇ ਪਾਣੀ ਦੀ ਮਾਰ ਦੇ ਵਿੱਚ ਆ ਜਾਂਦੇ ਆ ਕਦੇ ਸੋਕੇ ਦੀ ਮਾਰ ਚ ਆ ਜਾਂਦੇ ਆ ਸਾਨੂੰ ਤਾਂ ਇਹ ਚੀਜ਼ਾਂ ਲੈ ਕੇ ਬਹਿ ਗਈਆਂ ਬਚਾਅ ਸੀ ਆਪਣਾ ਕਿੱਦਾਂ ਕਰ ਸਕਦੇ ਆ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਸੀ ਵੀ ਪਾਣੀ ਜ਼ਿੰਦਗੀ ਆ ਪਾਣੀ ਮੌਤ ਨਹੀਂ ਹੈਗਾ ਮੌਤ ਉਹਦੇ ਬਣਦਾ ਜਦੋਂ ਆਪਣੀ ਕੋਈ ਪਾਲਿਸੀ ਠੀਕ ਨਹੀਂ ਹੁੰਦੀ ਪਾਣੀ ਨੂੰ ਆਪਾਂ ਨੂੰ ਸਾਹਮਣਾ ਨਹੀਂ ਆਂਦਾ ਪਾਣੀ ਨੂੰ ਵਰਤਣਾ ਨਹੀਂ ਆਂਦਾ ਠੀਕ ਹੈ ਨਾ ਜੀ ਉਦੋਂ ਆਪਾਂ ਇਹਦੀ ਮੁਸੀਬਤ ਦਾ ਸ਼ਿਕਾਰ ਹੋ ਜਾਣੇ ਆ ਵਰਨਾ ਪਾਣੀ ਤਾਂ ਜ਼ਿੰਦਗੀ ਆ ਪਾਣੀ ਨੂੰ ਤੁਸੀਂ ਸਹੀ ਤਰੀਕੇ ਨਾਲ ਆਪਣਾ ਵਰਤੋ ਪਾਣੀ ਨੂੰ ਆਪਣੇ ਜੋ ਉਹਦੀ ਸਟੋਰੇਜ ਹੁੰਦੀ ਆ ਡੈਮਾਂ ਦੀ ਸ਼ਕਲ ਵਿੱਚ ਤੁਸੀਂ ਇਹਨੂੰ ਸਟੋਰ ਕਰੋ ਤੇ ਆਪਣੇ ਆਣ ਵਾਲੇ ਸਾਲਾਂ ਵਿੱਚ ਤੁਹਾਨੂੰ ਉਹ ਫਾਇਦਾ ਦੇ ਸਕਦਾ ਆ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਮਕਸਦ ਸਿਰਫ ਔਰ ਸਿਰਫ ਇਹੀ ਆ ਕਿ ਅਸੀਂ ਬਹਿਸੀਤ ਇਨਸਾਨ ਲੋਕਾਂ ਨੂੰ مشਵਰੇ ਦੇਣ ਲਈ ਜਦੋਂ ਸਾਡੇ ਕੋਲ ਕੋਈ ਲੋਕ مشਵਰੇ ਲੈਂਦੇ ਆ ਜਾਂ ਅਸੀਂ ਕਿਸੇ ਨੂੰ ਗੱਲ ਦੱਸਣੀ ਹੋਵੇ ਸਲਾਹ ਦੇਣੀ ਹੋਵੇ ਅਸੀਂ ਬਹੁਤ ਠੀਕ ਆ ਲੇਕਿਨ ਆਪਣਾ ਜਦੋਂ ਸਾਡਾ ਪ੍ਰੈਕਟੀਕਲ ਦਾ ਟਾਈਮ ਆਦਾ ਸੇ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਕੁਤਾਈਆਂ ਜਿਹੜੀਆਂ ਉਹ ਸੀਜ਼ਨ ਦੇਖਣ ਨੂੰ ਮਿਲਦੀਆਂ ਤੇ ਕਿਤੇ ਨਾ ਕਿਤੇ ਕੋਈ ਵੀ ਆਫਤ ਇਨਸਾਨ ਤੇ ਆਂਦੀ ਆ ਉਹਦੇ ਵਿੱਚ ਇਨਸਾਨ ਦਾ ਵੀ ਇੱਕ ਆਪਣਾ ਅਮਲ ਹੋ ਸਕਦਾ ਹੈ ਉਹਦਾ ਵੀ کردار ਹੋ ਸਕਦਾ ਹੈ ਕਈ ਵਾਰੀ ਆਪਣੇ ਮਾੜੇ ਅਮਲਾਂ ਦੀ ਸਜ਼ਾ ਵੀ ਅੱਲਾਹ ਪਾਕ ਦੀ ਜ਼ਾਤ ਜਿਹੜੀ ਸਾਨੂੰ ਮੁxtਲਫ ਰੰਗਾਂ ਵਿੱਚ ਦੇ ਸਕਦੀ ਹੈ ਅਸੀਂ ਤਾਂ ਖੁਸ਼ਕਿਸਮਤ ਆ ਕਿ ਸਾਡੀ ਜਿਹੜੀ ਮੌਕੇ ਤੇ ਸਜ਼ਾ ਨਹੀਂ ਨਾ ਪਹਿਲੀਆਂ ਜਿਹੜੀਆਂ ਹਮਤਾਂ ਸੀਗੀਆਂ ਉਹਨਾਂ ਨੂੰ ਸਜ਼ਾ ਜਿਹੜੀ ਨਾ ਮੌਕੇ ਤੇ ਮਿਲ ਜਾਂਦੀ ਸੀ ਕਿਸੇ ਦੀ ਸ਼ਕਲ بگੜ ਜਾਂਦੀ ਸੀ ਕਦੇ ਇੱਕ ਮਖਸੂਸ ਟਾਈਮ ਹੁੰਦਾ ਸੀ ਵੀ ਉੱਥੇ ਤੱਕ ਤੋਬਾ ਕਰ ਲਈ ਤਾਂ ਤੁਸੀਂ ਵੱਜੋਗੇ ਅਗਰ ਉਸ ਤੋਂ ਟਾਈਮ ਉੱਪਰ ਹੋ ਗਿਆ ਫਿਰ ਤੁਹਾਡੀ ਤੋਬਾ ਕਬੂਲ ਨਹੀਂ ਹੋਏਗੀ ਫਿਰ ਤੁਹਾਨੂੰ ਸਜ਼ਾ ਦੁਨੀਆ ਤੇ ਹੀ ਮਿਲ ਜੇਗੀ ਲੇਕਿਨ ਅੱਲਾਹ ਪਾਕ ਦੇ ਖਾਸ ਕਰਮ ਦੇ ਨਾਲ ਜਿਹੜੀ ਅਸੀਂ ਉਮਮਤਾਂ ਸਾਡੇ ਤੇ ਇਹ ਵੀ ਅੱਲਾ ਪਾਕ ਦੀ ਖਾਸ ਕਰਮਣਵਾਦੀ ਆ ਕਿ ਠੀਕ ਆਫਤਾਂ ਆndੀਆਂ ਪਰ ਦੁਨੀਆ ਤੇ ਪਰਦਾ ਵੀ ਰੱਖਿਆ ਗਿਆ ਆ ਕਿਸੇ ਦੀ ਸ਼ਕਲ ਨਹੀਂ ਵਿਗੜਦੀ ਕਿਸੇ ਦਾ ਕੁਝ ਨਹੀਂ ਹੁੰਦਾ ਹੈਗਾ ਅਗਰ ਇਸ ਤਰ੍ਹਾਂ ਹੋਵੇ ਤੇ ਮੇਰਾ ਖਿਆਲ ਆ ਵੀ ਇੱਕ ਦੂਜੇ ਨੂੰ ਮਨ ਦਾ ਮੂੰਹ ਦਿਖਾਣ ਜੋਗਾ ਨਹੀਂ ਰਹਿੰਦਾ ਦੁਆ ਕਰਦੇ ਆਂ ਜੀ ਗੁਜ਼ਾਰਿਸ਼ ਕਰਦੇ ਆਂ ਰਿਕਵੈਸਟ ਕਰਦੇ ਆਂ ਦੁਆ ਅੱਲਾh ਕੀ ਕਰਦੇ ਆਂ ਰਿਕਵੈਸਟ ਆਪਣੇ ਪਾਕਿਸਤਾਨੀ ਯਾ ਬਾਕੀ ਜਿਹੜੇ ਸਾਡੇ ਬਾਹਰ ਦੇ ਮੁਲਕਾਂ ਵਿੱਚ ਲੋਕ ਬੈਠੇ ਆ ਸਾਡੇ ਗਵੰਢੀ ਆ ਚੜ੍ਹਦੇ ਪੰਜਾਬ ਵਾਲੇ ਉਹਨਾਂ ਅੱਗੇ ਕਿ ਤੁਸੀਂ ਬਹੁਤ ਕੁਝ ਕੀਤਾ ਸਾਡੀ ਇੱਕ ਆਵਾਜ਼ ਤੇ ਸਾਡੀ ਇੱਕ ਅਪੀਲ ਤੇ ਤੁਸੀਂ ਸਾਡਾ ਬਹੁਤ ਪਰਮ ਰੱਖਿਆ ਬਹੁਤ ਪਰਮ ਰੱਖਿਆ ਦੱਸ ਨਹੀਂ ਸਕਦੇ ਅਸੀਂ ਤੁਹਾਡੇ ਤੋਂ ਕਿੰਨਾ ਖੁਸ਼ ਆ ਇੱਕ ਇੱਕ ਭਾਈਚਾਰਾ ਜਿਹੜਾ ਸੀ ਨਾ ਉਹ ਸਾਹਮਣੇ ਆਇਆ ਇੱਕ ਮਸਾਲੀ ਭਾਈਚਾਰਾ ਮੈਂ ਸਮਝਦਾ ਕਿ ਅਗਰ ਇਹ ਮੁਸੀਬਤਾਂ ਨਾ ਹੋਣ ਨਾ ਇਹ ਇਹ ਵੀ ਇੱਕ ਰਹਿਮਤ ਦੀ ਸ਼ਕਲ ਬਣ ਜਾਂਦੀ ਆ ਉਹ ਕਿਸ ਤਰ੍ਹਾਂ ਬਣ ਜਾਂਦੀ ਆ ਤੇ ਟੁੱਟੇ ਹੋਏ ਜੁੜ ਜਾਂਦੇ ਆ। ਅਗਰ ਇਹ ਮੁਸੀਬਤਾਂ ਇਨਸਾਨ ਤੇ ਨਾ ਹੋਣ ਤੇ ਜਿਹੜੇ ਟੁੱਟੇ ਹੋਏ ਉਹ ਟੁੱਟੇ ਹੀ ਰਹਿਣ ਉਹਦੇ ਜੁੜਨ ਨਹੀਂ ਨਾ ਉਹ ਲਾਗੇ ਨੇੜੇ ਹੋਣ ਹੀ ਨਹੀਂ ਨਾ ਕਦੇ। ਇਹ ਵੀ ਅੱਲਾਹ ਬਾਗ ਨੇ ਇੱਕ ਪਹਿਲੂ ਇਹਦੇ ਵਿੱਚ ਰਹਿਮਤ ਦਾ ਵੀ ਰੱਖਿਆ ਆ ਕਿ ਅਗਰ ਤੁਹਾਡੇ ਤੇ ਕਿਸੇ ਤੇ ਮੁਸੀਬਤ ਆਂਦੀ ਨਾ ਭੈਣ ਭਰਾਵਾਂ ਵਿੱਚ ਤੇ ਫਿਰ ਸਾਰਾ ਕੁੰਬਾ ਇਕੱਠਾ ਹੋ ਜਾਂਦਾ ਹੈ। ਅਗਲੀਆਂ ਪਿਛਲੀਆਂ ਭੁੱਲ ਕੇ ਨਾ ਉਹ ਇਕੱਠਾ ਹੋ ਜਾਂਦਾ ਹੈ। ਇਸ ਕਰਕੇ ਮੈਂ ਇਹ ਵੀ ਕਵਾਂਗਾ ਕਿ ਇਹ ਵੀ ਇੱਕ ਇੱਕ ਸਾਡੇ ਨੇੜੇ ਹੋਣ ਦੀ ਗਲਤੀਆਂ ਗਲਤਿਆਆਂ ਨੂੰ ਭੁੱਲਣ ਦੀ ਇੱਕ ਵਜ੍ਹਾ ਬਣ ਸਕਦੀ ਆ। ਬਾਕੀ ਇੱਕ ਵਾਰੀ ਫੇਰ ਖਾਲਸਾ ਐਡ ਦਾ ਬਹੁਤ ਸ਼ੁਕਰੀਆ ਜਨੇ ਪਾਕਿਸਤਾਨ ਦੇ ਵਿੱਚ ਇੱਕ ਆਪਣਾ ਵੱਡ ਚੜ ਕੇ ਹਿੱਸਾ ਲਿਆ ਇਸ ਕੰਮ ਦੇ ਵਿੱਚ ਅਲ ਖਿਦਮਤ ਫਾਊਂਡੇਸ਼ਨ ਵਾਲੇ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪਾਕ ਫੋਰਸ ਬਹੁਤ ਅੱਛਾ ਰੋਲ ਪਲੇ ਕਰ ਰਹੀ ਆ। ਉਹਨਾਂ ਦੀਆਂ ਟੀਮਾਂ ਵੀ ਕਿਉਂਕਿ ਇਹ ਕੰਮ ਇਹਨਾਂ ਦੇ ਕਰਨ ਦਾ ਹੀ ਆ। ਸਾਡਾ ਤੁਹਾਡਾ ਕੰਮ ਨਹੀਂ ਇਕੱਲਾ ਬੰਦਾ ਜਿਹੜਾ ਨਾ ਨਾਮਦਾਦ ਇਕੱਠੀ ਕਰ ਸਕਦਾ ਨਾ ਲੈ ਕੇ ਜਾ ਸਕਦਾ। ਪੈਸਾ ਵੀ ਦੇਣਾ ਤੇ ਕਿਸੇ ਮਨਜ਼ਮ ਤਨਜ਼ੀਮ ਨੂੰ ਦਿਓ। ਹਰ ਬੰਦੇ ਨੂੰ ਹਰ ਗੱਲਾਂ ਚੱਕ ਕੇ ਫਿਰ ਤੋਂ ਨਾਲੇ ਬੰਦੇ ਨੂੰ ਨਿਸ਼ਾਨਾ ਦੇਓ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਇੰਨੀ ਮਿਹਨਤ ਕਰਕੇ ਤੁਸੀਂ ਟਰੱਕ ਭਰ ਕੇ ਭੇਜੋ ਤੇ ਅੱਗੇ ਸਹੀ ਹੱਕਦਾਰਾਂ ਤੱਕ ਨਾ ਪਹੁੰਚੇ ਤੇ ਬੜੀ ਤਕਲੀਫ ਹੁੰਦੀ ਬੜਾ ਦੁੱਖ ਹੁੰਦਾ ਇਨਸ਼ਾਅੱਲਾ ਜੀ ਅਪਡੇਟ ਦਿੰਦੇ ਰਾਵਾਂਗੇ ਜੀ ਰੱਬ ਰਾਖਾ ਜੀ